ਅੱਜ ਦੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਬੂਟਾ ਟਰੈਕਟਰ ਖੜਾ ਹੋਇਆ ਜੀ ਆਪਣਾ ਤੇ ਇਸ ਦੀ ਸਰਵਿਸ ਕਰਕੇ ਦਿਖਾਵਾਂਗੇ ਤੁਹਾਨੂੰ ਘਰੇ ਹੀ ਆਹ ਆਪਣਾ ਸਮਾਨ ਪਿਆ ਹੋਇਆ ਜਿਹੜਾ ਸਰਵਿਸ ਵਾਲਾ ਲਿਆਂਦਾ ਹੋਇਆ ਇੰਜਨ ਆਇਲ ਆ ਫਿਲਟਰ ਜੀ ਇੰਜਨ ਦਾ ਤੇ ਦੂਜੇ ਆਪਣੇ ਜਿਹੜੇ ਆਇਲ ਫਿਲਟਰ ਡੀਜ਼ਲ ਆਇਲ ਫਿਲਟਰ ਪਏ ਹੋਏ ਆ ਤੇ ਤੁਹਾਨੂੰ ਘਰੇ ਹੀ ਸਰਵਿਸ ਕਰਾ ਕਰਕੇ ਦਿਖਾਵਾਂਗੇ ਸਾਰੀ ਆਪ ਸਾਹਮਣੇ ਤੁਹਾਡੇ ਤੇ 5 ਸਾਲ ਹੋ ਗਏ ਜੀ ਆਪਾਂ ਨੇ ਟਰੈਕਟਰ ਲਿਆਂਦੇ ਨੂੰ ਕਿਵੇਂ-ਕਿਵੇਂ ਸਰਵਿਸ ਹੁੰਦੀ ਆ ਕਈ ਵੀਰ ਆਪਣੇ ਆਪ ਨਹੀਂ ਸਰਵਿਸ ਕਰਦੇ ਘਰੇ ਤੇ ਵਰਕਸ਼ਾਪਾਂ ਤੇ ਲਿਆਂ ਲੈ ਜਾਂਦੇ ਟਰੈਕਟਰਾਂ ਨੂੰ ਸਰਵਿਸ ਕਰਵਾਉਣ ਵਾਸਤੇ ਤੇ ਆਪ ਹੀ ਕਰਨੀ ਚਾਹੀਦੀ ਆ ਘਰੇ ਕੋਈ ਬੜਾ ਵੱਡਾ ਕੰਮ ਨਹੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਅਸੀਂ ਕਪੂਟਾ ਟਰੈਕਟਰ ਬਹੁਤ ਘੱਟ ਲੋਕਾਂ ਕੋਲ ਆ ਤੇ ਇਹਨੂੰ ਦੱਸਾਂਗੇ ਤੁਹਾਨੂੰ ਵੀ ਕਿਵੇਂ-ਕਿਵੇਂ ਇਹਦੀ ਸਰਵਿਸ ਹੁੰਦੀ ਆ ਤੇ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਤੇ ਪੂਰੀ ਜਾਣਕਾਰੀ ਦੇਵਾਂਗੇ ਜਿੰਨੀ ਹੋ ਸਕੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਚੈਂਬਰ ਦੇ ਜਿਹੜੇ ਨਟ ਲੱਗੇ ਹੋਏ ਆ 18 ਨੰਬਰ ਨਟ ਆ ਜੀ ਇਹ ਦੋ ਨਟ ਦਿੱਤੇ ਹੋਇਆ ਦੋਵੇਂ ਸਾਈਡਾਂ ਚੈਂਬਰਾਂ ਦੇ ਤੇ ਇਹ ਖੋਲਾਂਗੇ ਪਹਿਲਾਂ ਆਪਾਂ ਥੱਲੇ ਪਾਠਾ ਰੱਖ ਲੈਣਾ ਜੀ ਸਾਫ਼ ਤੁਸੀਂ ਜਿਹੜਾ ਕਾਲਾ ਤੇਲ ਨਿਕਲੂਗਾ ਆਪਣਾ ਤੇ ਉਹ ਆਪਣੇ ਕੰਮ ਵੀ ਆ ਜਾਂਦਾ ਬਾਕੀ ਕੰਨਾਂ ਦੇ ਵਿੱਚ ਪਾ ਕੇ ਰੱਖਾਂਗੇ ਤੇ ਅਸੀਂ ਖੋਲਦੇ ਆ ਜੀ ਹੁਣ ਫਿਰ ਨਟ ਪਹਿਲਾਂ 18 ਨੰਬਰ ਚਾਬੀ ਲੱਗਦੀ ਹੈ ਜਿਹੜੇ ਕਬੂਟਾ ਜਿਹੜਾ ਉਹਦੇ ਥੱਲੇ ਤੇਲ ਕਢਣ ਵਾਸਤੇ 18 ਨੰਬਰ ਪਾਣਾ ਚਾਬੀ ਲੱਗੂਗੀ 7.5 ਲੀਟਰ ਇਸ ਦੀ ਪੈਕਿੰਗ ਆਉਂਦੀ ਹੈ ਜਿਹੜਾ ਤੇਲ ਪੈਂਦਾ ਇਸ ਦੇ ਵਿੱਚ ਇੰਜਨ ਆਇਲ 7.5 ਲੀਟਰ ਤੇ ਇਸ ਟਰੈਕਟਰ ਬਾਰੇ ਤੁਹਾਨੂੰ ਪੂਰਾ ਆਪਣਾ ਅਸੀਂ ਤਿਆਮਾਂਗੇ ਰਿਵਿਊ ਦੇਵਾਂਗੇ 5 ਸਾਲ ਹੋ ਗਏ ਜੀ ਆਪਾਂ ਨੂੰ ਟਰੈਕਟਰ ਲੈਂਦਿਆਂ ਨੂੰ ਇਹ ਵੀ ਸਾਰਾ ਕੁਝ ਅਗਲੀ ਵੀਡੀਓ ਆਵੇਗੀ ਆਪਣੇ ਟਰੈਕਟਰ ਬਾਰੇ ਜੋ ਕੁਝ ਵੀ ਇਸ ਟਰੈਕਟਰ ਦੇ ਵਿੱਚ ਹੈਗਾ ਤੁਹਾਨੂੰ ਦੱਸਾਂਗੇ ਵੀ ਕੀ ਕੀ ਫਰਕ ਆਮ ਟਰੈਕਟਰਾਂ ਦੇ ਨਾਲੋਂ ਤੇ ਕੀ ਕੀ ਇਸ ਦੇ ਵਿੱਚ ਤਕਨੀਕ ਆਈ ਹੈ ਬਾਹਰੋਂ ਉਹ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਅਸੀਂ ਤੇ ਜਿਹੜਾ ਤੁਸੀਂ ਸਾਫ਼ ਪੱਠਲ ਦੇ ਵਿੱਚ ਹੀ ਕੱਢਣਾ ਕਿਉਂਕਿ ਕਾਲਾ ਤੇਲ ਜਿਹੜਾ ਆਪਾਂ ਨੂੰ ਕੰਮ ਦਿੰਦਾ ਰਹਿੰਦਾ ਹੋਰ ਸੰਦ ਅਸ ਦੇਣਾਂ ਦੇ ਉੱਤੇ ਲੱਗ ਜਾਂਦਾ ਜਰ ਪੈਣ ਤੋਂ ਜਿਹੜੀ ਆਪਣੀ ਬੱਟਤ ਕਰਦਾ ਇਹ ਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਬਰਤਨ ਦੇ ਵਿੱਚ ਕੱਢ ਲੈਣਾ ਸਾਡੇ ਚੈਨਲ ਫਾਰਮਿੰਗ ਫੈਨਸ ਕਿਸਾਨੀ ਮਿੱਤਰ ਉੱਤੇ ਕਿਸਾਨੀ ਨਾਲ ਸੰਬੰਧਿਤ ਹੋਰ ਵੀ ਕਈ ਵੀਡੀਓਜ਼ ਆਉਂਦੀਆਂ ਰਹਿੰਦੀਆਂ ਤੇ ਸਾਡੀ ਵੀਡੀਓ ਜੇ ਚੰਗੀ ਲੱਗ ਰਹੀ ਤੇ ਲਾਈਕ ਜਰੂਰ ਕਰਿਓ ਤੇ ਅੱਗੇ ਸ਼ੇਅਰ ਕਰਿਓ ਤਾਂ ਕਿ ਆਪਣੇ ਕਿਸਾਨਾਂ ਦੀ ਸਹਾਇਤਾ ਹੋ ਸਕੇ ਅੱਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਜਿਹੜਾ ਆਪਣਾ ਤੇਲ ਨਿਕਲ ਚੁੱਕਿਆ 7.5 ਲੀਟਰ ਦੇ ਅਰਾਊਂਡ ਤੇਲ ਹੈਗਾ ਆਪਣਾ ਇਹ ਤੇਲ ਘਟਕ ਨਹੀਂ ਕਰਦਾ ਇਹ ਜਿਹੜਾ ਟਰੈਕਟਰ ਆਪਣਾ ਕਈ ਟਰੈਕਟਰ ਘਟਾ ਆ ਜਾਂਦੇ ਤੇਲ ਇੰਜਨ ਆਇਲ ਘਟਾ ਨਿਕਲਦਾ ਉਹਨਾਂ ਦੇ ਵਿੱਚੋਂ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੇ ਤੁਹਾਨੂੰ ਦੱਸ ਦਈਏ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਫਿਲਟਰ ਜਿਹੜਾ ਬਿਲਕੁਲ ਛੋਟਾ ਜਿਹਾ ਤਾਂ ਇੰਜਨ ਜਿਹੜਾ ਆਇਲ ਫਿਲਟਰ ਹੈਗਾ ਇੰਜਨ ਆਇਲ ਫਿਲਟਰ ਬਿਲਕੁਲ ਛੋਟਾ ਬਾਕੀ ਟਰੈਕਟਰਾਂ ਦੇ ਆਪਾਂ ਵੇਣੇ ਆ ਸਾਡੇ ਕੋਲ 3630 ਵੀ ਉਸ ਦਾ ਕਾਫੀ ਵੱਡਾ ਹੁੰਦਾ ਇਹ ਜਿਹੜਾ ਇੰਜਨ ਆਇਲ ਫਿਲਟਰ ਆ ਤੇ ਜੇਕਰ ਤੁਹਾਡਾ ਟਰੈਕਟਰ ਗਰਮਾ ਤਾਂ ਜਿਹੜਾ ਆਪਣਾ ਤੇਲ ਆ ਜਿਹੜਾ ਇੰਜਨ ਆਇਲ ਇਹ ਚੰਗੀ ਤਰ੍ਹਾਂ ਨਿਕਲ ਜਾਂਦਾਗਾ ਉਵੇਂ ਚ ਰਹਿਦਾ ਨਹੀਂ ਕਈ ਵਾਰ ਇਹ ਠੰਡਾ ਹੁੰਦਾ ਟਰੈਕਟਰ ਉਹ ਤੋਂ ਆਪਾਂ ਕੱਢ ਲਈਏ ਤੇਲ ਤੇ ਉਹ ਘੱਟ ਨਿਕਲਦਾ ਤੇ ਹੁਣ ਉਹ ਹੀ ਚੇਂਜ ਕਰਦੇ ਹਾਂ ਜੀ ਪਹਿਲਾਂ ਆਪਣਾ ਇੰਜਨ ਆਇਲ ਫਿਲਟਰ ਆ ਜਿਹੜਾ ਉਹ ਚੇਂਜ ਕਰਾਂਗੇ ਤੇਲ ਪਾਉਣ ਤੋਂ ਪਹਿਲਾਂ ਤੁਸੀਂ ਆ ਜਿਹੜਾ ਨਾਟਕ ਕੱਸ ਲੈਣਾ ਕਈ ਵਾਰ ਭੁਲੇਖਾ ਪਿਆ ਜਾਂਦਾ ਇਹ ਧਿਆਨ ਰੱਖਣਾ ਤੁਸੀਂ ਕਈ ਵਾਰ ਨਟ ਨਾ ਭੁੱਲ ਜਾਈਏ ਤਾਂ ਮੁੜ ਕੇ ਤੇਲ ਜਿਹੜਾ ਆਪਣਾ ਸਾਰਾ ਥੱਲੇ ਨਿਕਲ ਜਾਵੇਗਾ ਜਿਹੜਾ ਆਪਣਾ ਨਵਾਂ ਇੰਜਨ ਆਇਲ ਪਾਵਾਗੇ ਤੇ ਵਿੱਚ ਸਰਵਿਸ ਕਰਨ ਵੇਲੇ ਤਾ ਇਸ ਦਾ ਫਿਲਟਰ ਹੈ ਜਿਹੜਾ ਅਸੀਂ ਬਿਲਕੁਲ ਛੋਟਾ ਜਿਹਾ ਫਿਲਟਰ ਹੈ ਇੰਜਨ ਆਇਲ ਫਿਲਟਰ ਉਹ ਅਸੀਂ ਖੋਲ ਦਿੰਨੇ ਆ ਨਾਲ ਉਹ ਇਹ ਬੱਟਲ ਤੁਸੀਂ ਰੱਖ ਲੈਣਾ ਥੱਲੇ ਬੱਠੜ ਰੱਖ ਲੈਣਾ ਇਸ ਦੇ ਜਿਹੜਾ ਤੇਲ ਨਿਕਲਦਾ ਕੁਝ ਕੱਕੜਾ ਤੇਲ ਉਹ ਬੱਟਲ ਦੇ ਵਿੱਚ ਪੈ ਜਾਊਗਾ ਉਸ ਤੋਂ ਬਾਅਦ ਆਈ ਜਿਹੜਾ ਫਿਲਟਰ ਆ ਪਹਿਲਾਂ ਇੰਜਨ ਆਇਲ ਫਿਲਟਰ ਤੁਸੀਂ ਲਾਉਣਾ ਨਟ ਕਸਣ ਤੋਂ ਬਾਅਦ ਜਿਹੜਾ ਥੱਲੇ ਨਟ ਹੁੰਦੇ ਆ ਚੈਂਬਰ ਤੇ ਕੱਸ ਕੇ ਇਹ ਲਾਉਣਾ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਜਗ੍ਹਾ ਦਿਖਾਉਣਾ ਜਿਹੜੀ ਜਗ੍ਹਾ ਤੇ ਇੰਜਨ ਆਇਲ ਪੈਂਦਾ ਜੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਬਿਲਕੁਲ ਆਸਾਨ ਜਗ੍ਹਾ ਦੇ ਉੱਤੇ ਪੰਪ ਦੇ ਨਾਲ ਹੀ ਜਿਹੜਾ ਦਿੱਤਾ ਹੋਇਆ ਜਗ੍ਹਾ ਦਿੱਤੀ ਹੋਈ ਹੈ ਜਿਹੜਾ ਇੰਜਨ ਆਇਲ ਪਾਉਣ ਵਾਸਤੇ ਮਗਲੈਲ ਪਾਉਣ ਵਾਸਤੇ ਇਹ ਸਾਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਆਹ ਜਿਹੜੀ ਪੀਕ ਹੈ ਜੀ ਅਸੀਂ ਜਿਗਾਰੜ ਕਰਕੇ ਬਣਾਈ ਹੋਈ ਆ 36 30 ਦੇ ਜਿਹੜੇ ਆਪਣੇ ਫਿਲਟਰ ਆਉਂਦੇ ਉਸ ਦੀ ਵਿੱਚੋਂ ਫਿਲਟਰ ਕੱਢ ਕੇ ਤੇ ਉਸ ਤੋਂ ਬਾਅਦ ਪਾਇਆ ਵੈਲਡ ਕਰਕੇ ਤੇ ਇੱਕ ਕੁੰਡਾ ਲਾ ਕੇ ਇਹ ਜਿਹੜਾ ਮਗਲੈਲ ਪਾਉਣ ਵਾਸਤੇ ਬਣਾਈ ਹੋਈ ਹੈ ਪੀਕ ਆਪਾਂ ਕੱਟ ਜਗ੍ਹਾ ਰੋਕਦੀ ਹੈ ਵੱਡੀ ਪੀਕ ਲਾਉਣੀ ਮੁਸ਼ਕਲ ਹੋ ਜਾਂਦੀ ਹੈ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਸ ਜਗ੍ਹਾ ਤੇ ਰਹੀਂ ਜਿਹੜਾ ਤੇਲ ਪੈਂਦਾ ਬਿਲਕੁਲ ਪੰਪ ਦੇ ਨੇੜੇ ਆ ਇਹ ਤੇ ਇਸ ਦੇ ਵਿੱਚ ਅਸੀਂ ਜਿਹੜਾ ਤੇਲ ਪਾਵਾਂਗੇ ਇੰਜਨ ਆਇਲ ਟਰੈਕਟਰ ਤੇ ਉੱਤੇ ਬੂਸਟਰ ਵੀ ਲੱਗੇ ਹੋਇਆ ਹੈ ਜਿਹੜਾ ਤੁਹਾਨੂੰ ਲੋਡ ਪੈਂਦ ਤੇ ਹੀ ਜਿਹੜੀ ਤੇਲ ਦੀ ਖਪਤ ਵਧਾਉਂਦਾ ਉਹ ਟਰੈਕਟਰ ਦੀ ਤਾਂ ਤੇਲ ਦੀ ਘੱਟ ਲੋਡ ਹੁੰਦੀ ਹੈ ਇੰਜਨ ਨੂੰ ਤਾਂ ਉਹ ਬੂਸਟਰ ਜਿਹੜਾ ਘੱਟ ਤੇਲ ਦਿੰਦਾ ਜਦੋਂ ਵੱਧ ਲੋਡ ਹੁੰਦੀ ਹੈ ਤਾਂ ਉਹ ਵੱਧ ਤੇਲ ਦਿੰਦਾ ਜੀ ਦੂਜੇ ਟਰੈਕਟਰ ਆਵਾਂਗੇ ਤੁਰਦਾ ਫਿਰਦਾ ਉਹਨਾਂ ਤੇ ਲਈ ਨਹੀਂ ਖਾਂਦਾ ਜਿੰਨਾ ਬਾਈ ਚਖਾਂਦਾ ਹੈ ਵਾਹੀ ਵਾਸਤੇ ਅੱਡ ਤੇ ਤੁਰੇ ਫਿਰੇ ਵਾਸਤੇ ਘਟ ਖਾਂਦਾ ਹੀ ਤੇਲ ਇਹ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਜਿਹੜੇ ਆਪਣੇ ਡੀਜ਼ਲ ਫਿਲਟਰ ਆ ਉਹ ਚੇਂਜ ਕਰਨ ਦੀ ਪਹਿਲਾਂ ਤੁਸੀਂ ਡੀਜ਼ਲ ਫਿਲਟਰ ਚੇਂਜ ਕਰਨ ਤੋਂ ਪਹਿਲਾਂ ਜਿਹੜਾ ਤੇਲ ਆ ਇਹਦਾ ਟੈਂਕੀ ਦਾ ਉਹ ਤੁਸੀਂ ਬੰਦ ਕਰ ਲੈਣਾ ਜੇਕਰ ਤੁਸੀਂ ਜੋ ਭੁੱਲ ਜਾਂਦੇ ਹੋ ਤਾਂ ਤੁਹਾਡਾ ਡੀਜ਼ਲ ਦਾ ਨੁਕਸਾਨ ਵੀ ਹੋ ਸਕਦਾ ਫਿਰ ਤੁਸੀਂ ਹੰਬਲੇ ਪੈ ਜਾਂਦੇ ਹੋ ਤੇ ਪਹਿਲਾਂ ਹੀ ਤੁਸੀਂ ਧਿਆਨ ਰੱਖਣਾ ਵੀ ਜਿਹੜਾ ਡੀਜ਼ਲ ਉਹ ਬੰਦ ਕਰ ਲੈਣਾ ਤੇ ਡੀਜ਼ਲ ਜਿਹੜਾ ਫਿਲਟਰ ਖੋਲਣ ਤੋਂ ਪਹਿਲਾਂ ਥੱਲੇ ਤੁਸੀਂ ਪੱਠੜ ਰੱਖ ਲੈਣਾ ਕਿਉਂਕਿ ਜਿਹੜਾ ਡੀਜ਼ਲ ਫਿਲਟਰ ਦੇ ਵਿੱਚੋਂ ਤੇਲ ਨਿਕਲਦਾ ਤੁਹਾਡਾ ਅਜਿਹਾ ਨਾ ਜਾਵੇ ਇਹ ਤੇਲ ਵੀ ਤੁਹਾਡੇ ਕੰਮ ਆਊਗਾ ਇਹ ਤੁਸੀਂ ਟਰੈਕਟਰ ਦੇ ਵਿੱਚ ਵੀ ਪਾ ਸਕਦੇ ਹੋ ਪੀਕ ਰਾਹੀਂ ਤੇ ਤੁਸੀਂ ਫਿਲਟਰ ਜਿਹੜਾ ਆਪਣਾ ਪੱਠਿਆਂ ਵਾਲਾ ਫਿਲਟਰ ਹੁੰਦਾ ਉਸ ਦੇ ਵਿੱਚ ਵੀ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਟਰੈਕਟਰ ਦੇ ਵਿੱਚ ਇਹ ਤੇਲ ਨਹੀਂ ਪਾਉਣਾ ਚਾਹੁੰਦੇ ਤੇ ਆਪਾਂ ਡੀਜ਼ਲ ਜਿਹੜਾ ਫਿਲਟਰ ਇਹਦੇ ਉਹ ਵੀ ਤੁਹਾਨੂੰ ਦਿਖਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਹਵਾ ਕੱਢਣੀ ਦਿਖਾਵਾਂਗੇ ਟਰੈਕਟਰ ਦੀ ਜੇ ਤੁਮ ਮੱਲਾਪਰ ਤੇਲ ਬੰਦ ਕਰ ਦਿੰਨੇ ਹਵਾ ਟਰੈਕਟਰ ਦੇ ਵਿੱਚੋਂ ਤੇ ਹਵਾ ਵੀ ਟਰੈਕਟਰ ਮੁੜ ਕੇ ਰਹਿ ਜਾਂਦੀ ਵਿੱਚ ਉਹ ਹੀ ਬਹੁਤ ਆਸਾਨ ਹੈ ਤੇ ਸਭ ਤੋਂ ਆਸਾਨ ਤਰੀਕਾ ਇਸੇ ਟਰੈਕਟਰ ਦੀ ਹਵਾ ਕੱਢਣ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਸਿਰਫ 2 ਸਕਿੰਟਾਂ ਦਾ ਕੰਮ ਹੀ ਲੱਗਦਾ ਤੇ ਜਿਹੜਾ ਹਵਾ ਕੱਢ ਸਕਦੇ ਆਪਾਂ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਰਿੰਗ ਵਾਲੀ ਜਗ੍ਹਾ ਬਣੀ ਹੋਈ ਹੈ ਉਹ ਰਿੰਗ ਤਾਂ ਤੁਸੀਂ ਧਿਆਨ ਰੱਖਣਾ ਰਿੰਗ ਸਹੀ ਹੈ ਤਾਂ ਤੁਹਾਡਾ ਜਿਹੜਾ ਫਿਲਟਰ ਤੁਸੀਂ ਚੇਂਜ ਕੀਤਾ ਉਥੇ ਲੀਕ ਨਹੀਂ ਹੋਣਾ ਇਹ ਇਹ ਫਿਲਟਰ ਦੇ ਨਾਲ ਜਿਹੜਾ ਆਉਂਦੇ ਆ ਫਿਲਟਰ ਨਵੇਂ ਲੈਨੇ ਆਪਾਂ ਇਹਦੇ ਨਾਲ ਵੀ ਇਹ ਰਿੰਗ ਆਉਂਦੀ ਆ ਜੇਕਰ ਖਰਾਬ ਆ ਤੁਸੀਂ ਬਦਲ ਸਕਦੇ ਹੋ ਜੇਕਰ ਨਹੀਂ ਖਰਾਬ ਤਾਂ ਤੁਸੀਂ ਇਸ ਨੂੰ ਲਾ ਕੇ ਘਰੇ ਰੱਖ ਸਕਦੇ ਹੋ ਵਿੱਚ ਲਾਉਣ ਦੀ ਲੋੜ ਨਹੀਂ ਫੇਰ ਕੰਮ ਆ ਜਾਂਦੀ ਹੈ ਕਈ ਵਾਰ ਲੀਕ ਹੋ ਜਾਵੇ ਤਾਂ ਫਿਲਟਰ ਲਈ ਜਗਾ ਤੇ ਜਿਹੜੇ ਕਾਗਜ ਤੁਸੀਂ ਲਾਦੇ ਨੇ ਫਿਲਟਰ ਦੇ ਉੱਤੋਂ ਇਹ ਸਿਰਫ ਮਸ਼ਹੂਰੀ ਵਾਸਤੇ ਹੁੰਦੇ ਆ ਤੇ ਕਿਤੇ ਤੁਸੀਂ ਲਾ ਦਿਓ ਵਿੱਚ ਤੇ ਮੁੜ ਕੇ ਤੁਹਾਨੂੰ ਇਹ ਦਿੱਕਤ ਦੇਣਗੇ ਕਈ ਵਾਰੀ ਤੇਲ ਦੀ ਰਿਕਵਟ ਆਉਣ ਲੱਗ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਤੇਲ ਛੱਡ ਦੇਣਾ ਜਦੋਂ ਤੁਸੀਂ ਫਿਲਟਰ ਕੱਸ ਦਿੱਤੇ ਥੋੜੇ ਥੋੜੇ ਢਿੱਲੇ ਰੱਖਣੇ ਆ ਪਹਿਲਾ ਪਹਿਲਾਂ ਤੁਸੀਂ ਜਿਹੜਾ ਪਹਿਲਾ ਫਿਲਟਰ ਦੇ ਵਿੱਚ ਤੇਲ ਚੋਣ ਲੱਗਿਆ ਜਦੋਂ ਇਸ ਨੂੰ ਥੋੜਾ ਜਿਹਾ ਕੱਸ ਦੇਣਾ ਫਿਰ ਅਗਲੇ ਫਿਲਟਰ ਦੇ ਵਿੱਚ ਤੇਲ ਆ ਜਾਊਗਾ ਫਿਰ ਉਸ ਨੂੰ ਕੱਸ ਦੇਣਾ ਜੀ ਤੁਸੀਂ ਜਦੋਂ ਤੇਲ ਆਉਣ ਲੱਗਿਆ ਪਾਸੇ ਦੀ ਭਰ ਕੇ ਚੰਗੀ ਤਰ੍ਹਾਂ ਫਿਲਟਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਸ ਟਰੈਕਟਰ ਦੀ ਹਵਾ ਕਿਸ ਤਰ੍ਹਾਂ ਨਿਕਲਦੀ ਆ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੈਸੇ ਸੇ ਵੀਡੀਓ ਬਣਾਉਣ ਦੇ ਟਾਈਮ ਲੱਗ ਰਿਹਾ ਨਹੀਂ ਤਾਂ ਅਸੀਂ ਸਿਰਫ 10-15 ਮਿੰਟ ਦੇ ਵਿੱਚ ਹੀ ਇਸ ਸਟੇਟਰ ਦੀ ਅਸੀਂ ਸਰਵਿਸ ਕਰ ਦਿੰਨੇ ਆ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ 에어 ਕਲਿੰਡਰ ਇਹ ਦਾ ਸਾਫ਼ ਹੋਵੇਗਾ ਸੁੱਕਾ ਫਿਲਟਰ ਜਿਹੜਾ ਤੇ ਜਿਹੜਾ ਆਪਣਾ ਰੈਡੀਏਟਰ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਆ ਦੇਖ ਸਕਦੇ ਇਸ ਜਗ੍ਹਾ ਤੇ ਸੁੱਕਾ ਫਿਲਟਰ ਲਾਇਆ ਸੀਗਾ ਤੇ ਆ ਰੈਡੀਏਟਰ ਤੇ ਵੀ ਬਲੂਰ ਨਾਲ ਸਫਾਈ ਕਰਾਂਗੇ ਇਸ ਦੀ ਤੇ ਆ ਜਿਹੜਾ ਆਪਣਾ ਸੁੱਕਾ ਫਿਲਟਰ ਆ ਡਰਾਈ ਫਿਲਟਰ ਆ ਇਸ ਨੂੰ ਵੀ ਤੁਸੀਂ ਬਲੂਰ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਹ ਕੋਈ ਰਤਾ ਮਿੱਟੀ ਨਾ ਜਾਊਗਾ ਇੰਗਿਆਂ ਦੇ ਵਿੱਚ ਜਿੰਨੀ ਵੱਧ ਵਾਰੀ ਤੁਸੀਂ ਸਾਫ਼ ਕਰੋਗੇ ਤਾਂ ਤੁਹਾਡਾ ਇੰਗਿਆਂ ਸਹੀ ਰਹੂਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਹਵਾ ਕੱਢਣ ਵਾਲਾ ਸਿਸਟਮ ਦਿਖਾਉਣੀ ਹੁਣ ਤੁਹਾਨੂੰ ਆ ਜਿਹੜੀ ਫਿਰਕੀ ਜੀ ਤੁਸੀਂ ਢਿੱਲੀ ਕਰਕੇ ਸੈਲਫ ਮਾਰਨਾ ਥੋੜੀ ਜਿਹੀ ਰਿਸਕ ਕਰਕੇ ਤੇ ਉਸ ਤੋਂ ਬਾਅਦ ਰਿਸ ਨਾਲ ਦੀ ਨਾਲ ਘਟਾ ਦੇਣੀ ਆ ਤੁਸੀਂ ਤੇ ਕਿਸ ਨੂੰ ਕੱਸ ਦੇਣਾ ਬਸ ਇੰਨਾ ਹੀ ਕੰਮ ਆ ਤੇ ਹਵਾ ਨਿਕਲ ਜਾਂਦੀ ਆ ਤੇ ਬਹੁਤ ਆਸਾਨ ਆ ਨਹੀਂ ਤਾਂ ਬਾਕੀ ਟਰੈਕਟਰ ਕਾਫੀ ਟਾਈਮ ਲਵਾ ਦਿੰਦੇ ਕਈ ਵਾਰ ਜਿਹੜੀ ਆ ਟਰੈਕਟਰ ਦੀ ਬਸ ਇਨਾ ਟਾਈਮ ਹੀ ਲੱਗਦਾ ਇਸ ਤੇ ਕੋਈ ਬੰਦ-ਬੰਦ ਨਹੀਂ ਹੋਇਆ ਕੋਈ ਹਾਂਗਕਾਂ ਨਹੀਂ ਲਗਰੇਟ ਨੇ ਜਾਲੀ ਦੇ ਕੋਈ ਹਵਾ ਨਿਕਲ ਕੇ ਸਾਰਾ ਡੀਐਲ 2 ਵਾਲੀ ਦਾ ਪਕਾ ਕੰਮ ਕਰਦਾ ਡੀਐਲ ਫਿਲਟਰ ਵੀ ਲਗਾਤੀ ਤੇ ਜਿਹੜਾ ਇੰਜਨ ਵਾਲੇ ਵੀ ਪਾਤਾ ਤੇ ਹੁਣ ਤੁਹਾਨੂੰ ਟੈਸਟ ਵੀ ਕਰਕੇ ਦਿਖਾਵਾਂਗੇ 5 ਸਾਲ ਬਾਅਦ ਇਸ ਟਰੈਕਟਰ ਦੀ ਵਾਈਬ੍ਰੇਸ਼ਨ ਕਿੰਨੀ ਆ ਤੇ ਕਾਲਾ ਤੇਲ ਵੀ ਤੁਹਾਡੇ ਕੰਮ ਆ ਸਕਦਾ ਚੰਗੀ ਤਰ੍ਹਾਂ ਤੁਸੀਂ ਜਿਹੜੇ ਸਾਂਭ ਕੇ ਰੱਖਣਾ ਇਸ ਨੂੰ ਤੇ ਜਿਹੜੀਆਂ ਅਸੀਲਾਂ ਦਿੱਤੀਆਂ ਹੋਈਆਂ ਗਈਆਂ ਤੁਸੀਂ ਇਹਨਾਂ ਨੂੰ ਵੀ ਸਾਂਭ ਕੇ ਰੱਖਣਾ ਕਈ ਵਾਰ ਲੀਕ ਹੋ ਜਾਂਦੇ ਫਿਲਟਰ ਤਾਂ ਤੁਸੀਂ ਚੇਂਜ ਕਰ ਸਕਦੇ ਹੋ ਆਸੀਂ ਚੈੱਕ ਕਰ ਰਹੇ ਹਾਂ ਰੇਸ ਕਰਕੇ ਚੰਗੀ ਤਰ੍ਹਾਂ ਵੀ ਕੋਈ ਫਿਲਟਰ ਜਿਹੜਾ ਆਪਣਾ ਇਹਨਾਂ ਕੋਈ ਨਾੜ ਢਿੱਲਾ ਤਾਂ ਨਹੀਂਗਾ ਗੰਬੜ ਕੀ ਬਾਅਦ ਚ ਤਕਤ ਨਾ ਦੇ ਵੀ ਆਪਾਂ ਨੂੰ ਹੁਣ ਤੁਹਾਨੂੰ ਦਿਖਾਉਣੇ ਆ ਪਾਣੀ ਦਾ ਗਲਾਸ ਉੱਪਰ ਰੱਖਤਾ 5 ਸਾਲਾਂ ਬਾਅਦ ਦੇਖੋ ਕਿਵੇਂ ਰਹਿ ਗਿਆ ਇਸ ਦਾ ਵਾਈਬ੍ਰੇਸ਼ਨ ਟੈਸਟ ਤੁਸੀਂ ਦੇਖ ਸਕਦੇ ਹੋ ਕੋਲ ਰੇਸ ਕਰ ਦਿੱਤੀ ਹੈ ਤੇ 2000 ਚੱਕਰ ਤੇ ਰੇਸ ਆ ਬਿਲਕੁਲ ਵਾਈਬ੍ਰੇਸ਼ਨ ਨਹੀਂ ਕਰ ਰਿਹਾ ਟਰੈਕਟਰ ਇਹ ਹੈਗੀ ਜੀ ਇੱਕ ਵੋਟਾਂ ਦੀ ਬੈਲਡ ਕੁਆਲਿਟੀ ਸਾਰੀ ਅਸੀਂ ਰਿਵਿਊ ਟਰੈਕਟਰ ਦਾ ਜਿਹੜਾ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਤੁਹਾਨੂੰ ਇਸ ਟਰੈਕਟਰ ਦੇ ਕੀ ਕੀ ਖਾਸੀਅਤ ਹੈ ਤੇ ਕਿਸਾਨਾਂ ਵਾਸਤੇ ਫਾਇਦੇਮੰਦ ਹੈਗਾ ਕਿ ਨਹੀਂ ਅਸੀਂ ਤਾਂ ਜਿਉਂ ਲਿਆਂਦਾ ਸਾਨੂੰ ਤਾਂ ਪੂਰਾ ਫਾਇਦਾ ਦੇ ਰਿਹਾ ਜੀ ਟਰੈਕਟਰ ਅਸੀਂ ਕਿਉਂਕਿ ਕਿਸਾਨਾਂ ਦੇ ਵਾਸਤੇ ਜਿਹੜਾ ਟਰੈਕਟਰ ਇਹ ਫਿਊਲ ਕੰਪਸ਼ਨ ਘੱਟ ਹੈ ਇਸ ਟਰੈਕਟਰ ਦੀ ਤੇ ਹੋਰ ਵੀ ਜਾਣਕਾਰੀਆਂ ਕਈ ਤੁਹਾਨੂੰ ਦੇਵਾਂਗੇ ਬਾਕੀ ਟਰੈਕਟਰਾਂ ਦੇ ਨਾਲੋਂ ਕਿੰਨਾ ਫਰਕ ਹੈ ਇਸ ਦਾ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਬਾਈ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ